ਇਸ ਦਾ ਸੋਲ ਆਫ ਫੂਡ ਅੱਜ ਅਸੀਂ ਬਣਾਵਾਂਗੇ ਪਨੀਰ ਭੁਰਜੀ। ਉਹਦੇ ਲਈ ਪਨੀਰ ਲਏ ਆ, ਪਿਆਜ਼ ਲਏ ਨੇ ਕੱਟੇ ਹੋਏ ਬਰੀਕ, ਟਮਾਟਰ, ਹਰੇ ਮਟਰ, ਨਮਕ, ਧਨੀਆ ਪਾਊਡਰ, ਜੀਰਾ, ਹਲਦੀ, ਲਾਲ ਮਿਰਚੀ। ਹੁਣ ਅਸੀਂ ਬਣਾਉਣਾ ਸਟਾਰਟ ਕਰਾਂਗੇ। ਹੁਣ ਜੀਰਾ ਪਾਵਾਂਗੇ, ਸਾਡਾ ਤੇਲ ਕੜਾਹੀ 'ਚ ਗਰਮ ਹੋ ਗਿਆ, ਮਿਕਸ ਕਰ ਲਾਂਗੇ। ਹੁਣ ਇਹਦੇ 'ਚ ਅਸੀਂ ਪਿਆਜ਼ ਕੱਟਿਆ ਹੋਇਆ ਗੰਢੇ ਪਾ ਦਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਇਹ ਤਿੰਨ ਵੱਡੇ ਪਿਆਜ਼ ਨੇ ਅਤੇ ਇਹਦੇ 'ਚ ਮੈਂ ਇੱਕ ਛੋਟਾ ਚਮਚ ਦੇ ਕਰੀਬ ਜੀਰਾ ਲਿਆ। ਇਹਨਾਂ ਨੂੰ ਚੰਗੀ ਤਰ੍ਹਾਂ ਪਿਆਜ਼ ਨੂੰ ਅਸੀਂ ਬਰਾਊਨ ਹੋਣ ਤੱਕ, ਪਿੰਕਿਸ਼ ਬਰਾਊਨ ਹੋਣ ਤੱਕ ਭੁੰਨਾਂਗੇ। ਅੱਜ ਨਾ ਨਮਕ ਪਾ ਦਾਂਗੇ ਥੋੜ੍ਹਾ ਜਿਹਾ, ਜਿੰਨਾ ਵੀ ਸਾਨੂੰ ਟੇਸਟ ਦੇ ਅਕੋਰਡਿੰਗ ਚਾਹੀਦਾ। ਇਹਦੇ ਨਾਲ ਸਾਡੇ ਪਿਆਜ਼ ਇੱਕ ਤਾਂ ਜਲਦੀ ਭੁੰਨ ਜਾਣਗੇ। ਪਹਿਲਾਂ ਨਮਕ ਪਾਉਣਾ, ਜਦੋਂ ਅਸੀਂ ਪਿਆਜ਼ ਨੂੰ ਭੁੰਨਣਾ ਨਾ ਉਦੋਂ ਹੀ ਨਮਕ ਪਾ ਦੇਣਾ। ਇਹਦੇ ਨਾਲ ਸਾਡੇ ਪਿਆਜ਼ ਜਲਦੀ ਭੁੰਨ ਜਾਂਦੇ ਨੇ। ਹੁਣ ਸਾਡੇ ਗੰਢੇ ਜਿਹੜੇ ਨੇ ਉਹ ਭੁੰਨੇ ਗਏ ਨੇ, ਪਿੰਕਿਸ਼ ਬਰਾਊਨ ਹੋ ਗਏ ਨੇ। ਹੁਣ ਇਹਦੇ 'ਚ ਅਸੀਂ ਟਮਾਟਰ ਐਡ ਕਰਾਂਗੇ। ਜੇ ਤੁਸੀਂ ਜ਼ਿਆਦਾ ਆਪਣੇ ਪਿਆਜ਼ ਭੁੰਨਣਾ ਚਾਹੁੰਦੇ ਹੋ ਜ਼ਿਆਦਾ ਵੀ ਭੁੰਨ ਸਕਦੇ ਹੋ। ਟਮਾਟਰ ਮੈਂ ਇਹਦੇ 'ਚ ਦੋ ਲਏ ਨੇ। ਹੁਣ ਇਹਨਾਂ ਨੂੰ 1 ਤੋਂ 2 ਮਿੰਟ ਤੱਕ ਭੁੰਨਾਂਗੇ। ਹੁਣ ਸਾਡੇ ਟਮਾਟਰ ਚੰਗੀ ਤਰ੍ਹਾਂ ਭੁੰਨੇ ਗਏ ਨੇ। ਹੁਣ ਇਹਦੇ 'ਚ ਅਸੀਂ ਮਸਾਲੇ ਐਡ ਕਰਾਂਗੇ। ਲਾਲ ਮਿਰਚ ਲਵਾਂਗੇ ਅੱਧਾ ਛੋਟਾ ਚਮਚ ਦੇ ਕਰੀਬ, ਹਲਦੀ 2 ਛੋਟੇ ਚਮਚ, ਧਨੀਆ ਪਾਊਡਰ 1 ਛੋਟਾ ਚਮਚ। ਚੰਗੀ ਤਰ੍ਹਾਂ ਇਹਨਾਂ ਨੂੰ ਵੀ ਮਿਕਸ ਕਰਕੇ ਭੁੰਨ ਲਾਂਗੇ 1 ਮਿੰਟ ਤੱਕ। ਮਸਾਲੇ ਅਸੀਂ ਚੰਗੀ ਤਰ੍ਹਾਂ ਭੁੰਨ ਲਏ ਨੇ। ਹੁਣ ਇਹਦੇ 'ਚ ਮਟਰ ਐਡ ਕਰ ਦਾਂਗੇ। ਇਹ ਮੈਂ ਅੱਧਾ ਛੋਟਾ ਬਾਊਲ ਲਏ ਨੇ। ਇਹਨਾਂ ਨੂੰ ਵੀ 1 ਮਿੰਟ ਤੱਕ ਪਕਾਵਾਂਗੇ। ਹੁਣ ਸਾਡੇ ਮਟਰ ਵੀ ਚੰਗੀ ਤਰ੍ਹਾਂ ਹੋ ਗਏ ਨੇ, ਭੁੱਜ ਗਏ ਨੇ, ਕੁੱਕ ਹੋ ਗਏ ਨੇ। ਅਤੇ ਹੁਣ ਇਹਦੇ 'ਚ ਅਸੀਂ ਪਨੀਰ ਐਡ ਕਰਾਂਗੇ, ਕਰੰਬਲ ਕੀਤਾ ਹੋਇਆ। ਇਹ ਪਾਈਆ ਪਨੀਰ ਲਿਆ ਮੈਂ, ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ। ਹੁਣ ਅਸੀਂ ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਵੇਖ ਸਕਦੇ ਹੋ ਕਿੰਨੇ ਵਧੀਆ ਕਲਰ ਆਏ ਨੇ ਸਾਡੀ ਪਨੀਰ ਦੀ ਭੁਰਜੀ 'ਚ। ਅਤੇ ਇਹਨੂੰ ਅਸੀਂ 1 ਤੋਂ 2 ਮਿੰਟ ਤੱਕ ਹੀ ਕੁੱਕ ਕਰਾਂਗੇ, ਕਿਉਂਕਿ ਪਨੀਰ ਨੂੰ ਜ਼ਿਆਦਾ ਕੁੱਕ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ। ਹੁਣ ਸਾਡੀ ਪਨੀਰ ਦੀ ਭੁਰਜੀ ਬਣ ਕੇ ਰੈਡੀ ਹੈ। ਹੁਣ ਇਹਨੂੰ ਅਸੀਂ ਸਰਵ ਕਰਾਂਗੇ। ਹੁਣ ਸਾਡੇ ਪਨੀਰ ਭੁਰਜੀ ਅਸੀਂ ਸਰਵ ਕਰ ਲਿਆ, ਵੇਖ ਸਕਦੇ ਹੋ ਕਿੰਨਾ ਸੋਹਣਾ। ਫਰੈਂਡਸ, ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਲਾਈਕ ਕਰਨਾ, ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਹੈਵ ਅ ਨਾਈਸ ਡੇ।